चाचा साहब यह प्लाट काफी नीवा खड़ा, पौधे ने हाले फुल गुड्डी नहीं चुकी। ये कपाह माशाल्लाह थोड़ी चुनाई के करीब है, ये की फर्क है जी? ਕਲਾਕ ਪਰਬਤ ਪਾਸ ਤੇ ਥਰਾਪੀ ਪਾਈ ਹੈ ਤੇ ਜਿਹਦੇ ਮੁਕਾਬਲੇ ਚ ਇਹਦੇ ਸਿਰਫ ਡੀਏਪੀ ਪਾਈ ਹੈ ਤੇ ਇਸ ਵਜ੍ਹਾ ਤੋਂ ਆ ਮਤਲਬ ਇਹਨਾਂ ਫਰਕ ਨਜ਼ਰ ਆ ਰਿਹਾ। ਸਹੀ ਸਹੀ, ਯਾਨੀ ਕਿ ਇਧਰ ਤੁਸੀਂ ਕਲਾਕ ਔਰ ਪਰਬਤ ਪਾਸ ਪਾਈ ਹੈ ਔਰ ਇਹ ਵੀ ਇੱਕੋ ਜਿਹਾ ਹੈ ਜੀ? ਹਾਂਜੀ ਵੀ ਇੱਕੋ ਜਿਹਾ ਹੈ, ਲੱਗੀ ਵੀ ਤਕਰੀਬਨ ਇੱਕੋ ਦਿਨ ਹੀ ਹੈ। ਅੱਛਾ ਜੀ, ਯਾਨੀ ਕਿ ਕਾਸ਼ਤ ਵੀ ਇੱਕ ਦਿਨ ਦੀ ਹੈ, 20 ਵੀਕ ਜੈਸਾ ਹੀ ਹੈ। ਹਾਂਜੀ, ਲੇਕਿਨ ਸਿਰਫ ਇਹਦੇ ਥੱਲੇ ਤੁਸੀਂ ਆਰਗੈਨਿਕ ਦਿੱਤਾ, ਕਲਾਕ ਦੇ ਦਿੱਤਾ ਔਰ ਡੀਏਪੀ ਦੀ ਜਗ੍ਹਾ ਤੇ ਪਰਬਤ ਫਾਸ ਦੇ ਦਿੱਤੀ ਹੈ। ਇਹ ਮਾਸ਼ਾਅੱਲਾ ਚੁਣਾਈ ਤਿਆਰ ਹੈ। ਬਿਲਕੁਲ, ਤੇ ਜੈਸਾ ਵੀ ਇਹਦੇ ਉੱਤੇ ਵੀ ਹੁਣੇ ਹੀ ਪ੍ਰੈਕਟਿਸ ਕਰ ਲਈ, ਉਦੋਂ ਵੀ ਤਾਂ ਨਰਸੀ ਅਰਜ਼ ਕੀਤਾ ਸੀ, ਲੇਕਿਨ ਮੈਂ ਕਿਹਾ ਸ਼ਾਇਦ ਡੈਮੋ ਪਲਾਟ ਛੋੜਿਆ ਸੀ ਅਸੀਂ। ਹਾਂਜੀ, ਲੇਕਿਨ ਉਹ ਨੂੰ ਕਰ ਲੈਂਦੇ ਹਾਂ ਹੁਣ ਇਹਦੇ ਉੱਤੇ ਕਰਨੀ ਆਪਾਂ। ਚਾਹੀਦੀ ਹਾਂਜੀ, ਇਹਦੇ ਉੱਤੇ ਥੈਰੇਪੀ ਦੇਈਏ, ਸਰਜੀ ਦਾ ਸਪਰੇਅ ਕਰਾਈਏ ਤਾਂ ਕਿ ਇਹ ਵੀ ਫੁੱਲ ਗੁੱਡੀ ਲਵੇ ਜੀ। ਬੜੀ ਮਿਹਰਬਾਨੀ ਜੈਸਾ।